ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਬਰਗਾੜੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਮੋਰਚਾ ਲਗਾਇਆ ਗਿਆ ਤਾਂ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਢੱਕਿਆ ਜਾਵੇ। ਜਿਸ ਦੇ ਚਲਦੇ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਲਗਾਤਾਰ ਬਾਦਲਾਂ ਦੇ ਕੈਪਟਨ ਦੇ ਨਿਸ਼ਾਨੇ ਸਾਧੇ ਜਾ ਰਹੇ ਨੇ। ਜੇ ਕੋਈ ਬਾਦਲਾਂ ਦੇ ਉੱਤੇ ਪ੍ਰੋਟੈਸਟ ਕਰਦਿਆਂ ਕੋਈ ਜੁੱਤਾ ਸਿੱਟ ਦੇਵੇ ਤੇ ਉਹਨਾਂ ਤੇ 307 ਤੇ 2-2 ਸਾਲ ਦੀਆਂ ਸਜ਼ਾਵਾਂ, ਪਰ ਜਿਹੜਾ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਪੰਥ ਦੋਖੀਆਂ ਨੂੰ ਬਚਾਇਆ ਜਾ ਰਿਹਾ। ਇਨਸਾਫ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰਾਂ ਘੇਸਲ ਵੱਟੀ ਬੈਠੀਆਂ ਨੇ, ਵਿਤਕਰਾ ਭੇਦਭਾਵ ਕੀਤਾ ਜਾ ਰਿਹਾ, ਨਹੀਂ ਤੇ ਸੰਗਰੂਰ ਦੇ ਅੰਦਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਿੰਘਾਂ ਦਾ ਸੰਗਤਾਂ ਦਾ ਵਿਰੋਧ ਝੱਲਣਾ ਮੁਸ਼ਕਲ ਹੋ ਜਾਵੇਗਾ। ਬਹੁਤ ਮੰਦ ਘਟਨਾ ਵਾਪਰੀ, ਕਈਆਂ ਨੇ ਰਾਜਨੀਤੀ ਕਰਨ ਦੀ ਸੋਚੀ ਉਹਨਾਂ ਘਟਨਾਵਾਂ ਤੇ। ਹੁਣ ਉਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਸੰਗਰੂਰ ਵਿੱਚ ਬਾਦਲਾਂ ਦੇ ਹੋਏ ਵਿਰੋਧ ਦੌਰਾਨ ਉਹਨਾਂ ਦੀ ਗੱਡੀ ਤੇ ਕੁਝ ਸਿੱਖ ਸੰਗਤਾਂ ਵੱਲੋਂ ਜੁੱਤੀਆਂ ਸੁੱਟੀਆਂ ਗਈਆਂ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਹਨਾਂ ਤੇ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਸੁੱਟਿਆ ਗਿਆ। ਇਸ ਮਾਮਲੇ ਨੂੰ ਲੈ ਕੇ ਦਾਦੂਵਾਲ ਨੇ ਸੰਗਰੂਰ ਦੀ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਸੋ ਆਓ, ਗੁਰੂ ਪਿਆਰਿਓ, ਇਨਸਾਫ ਦੀ ਲੜਾਈ ਹੈ। 5 ਮਹੀਨੇ ਹੋਣ ਵਾਲੇ, 4.5 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ। ਇਨਸਾਫ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰਾਂ ਘੇਸਲ ਵੱਟੀ ਬੈਠੀਆਂ ਨੇ, ਪਰ ਕੈਪਟਨ ਕਾਂਗਰਸ ਸਰਕਾਰ ਦੇ ਬੋਲੇ ਕੰਨਾਂ ਤੱਕ, ਕੇਂਦਰ ਦੀ ਮੋਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਇਨਸਾਫ ਮੋਰਚਾ ਪੂਰੇ ਅਮਨ ਸ਼ਾਂਤਮਈ ਤਰੀਕੇ ਨਾਲ ਆਵਾਜ਼ ਨੂੰ ਬੁਲੰਦ ਕਰ ਰਿਹਾ, ਪਰ ਫਿਰ ਵੀ ਪਾਰਸ਼ੈਲਿਟੀ ਕੀਤੀ ਜਾ ਰਹੀ, ਵਿਤਕਰਾ ਭੇਦਭਾਵ ਕੀਤਾ ਜਾ ਰਿਹਾ। ਜੇ ਕੋਈ ਬਾਦਲਾਂ ਦੇ ਉੱਤੇ ਪ੍ਰੋਟੈਸਟ ਕਰਦਿਆਂ ਕੋਈ ਜੁੱਤਾ ਸਿੱਟ ਦੇਵੇ ਤੇ ਉਹਨਾਂ ਤੇ 307 ਤੇ 2-2 ਸਾਲ ਦੀਆਂ ਸਜ਼ਾਵਾਂ, ਪਰ ਜਿਹੜਾ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਪੰਥ ਦੋਖੀਆਂ ਨੂੰ ਬਚਾਇਆ ਜਾ ਰਿਹਾ। ਭਾਈ ਬਚਿੱਤਰ ਸਿੰਘ ਪ੍ਰਧਾਨ ਰਾਗੀ ਗ੍ਰੰਥੀ ਸਭਾ ਸੰਗਰੂਰ ਤਾਂ ਉਹਨਾਂ ਨੂੰ ਸਾਥੀਆਂ ਸਮੇਤ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਕਈ ਦਿਨਾਂ ਤਾਂ। ਅੱਜ ਅਸੀਂ ਇਨਸਾਫ ਮੋਰਚੇ ਤਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਸੰਗਰੂਰ ਨੂੰ ਕਹਿਣਾ ਚਾਹੁੰਦੇ ਆ ਕਿ ਉਸ ਝੂਠੇ ਮੁਕਦਮੇ ਨੂੰ ਰੱਦ ਕਰਕੇ ਉਹਨਾਂ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਨਹੀਂ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਸਿੱਖ ਜਥੇਬੰਦੀਆਂ ਪ੍ਰੋਗਰਾਮ ਉਲੀਕ ਰਹੀਆਂ ਨੇ, ਨਹੀਂ ਤੇ ਸੰਗਰੂਰ ਦੇ ਅੰਦਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਿੰਘਾਂ ਦਾ ਸੰਗਤਾਂ ਦਾ ਵਿਰੋਧ ਝੱਲਣਾ ਮੁਸ਼ਕਲ ਹੋ ਜਾਵੇਗਾ। ਇਸ ਕਰਕੇ ਸੰਗਰੂਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਝੂਠੇ ਮੁਕਦਮੇ ਜਿਹੜੇ 307 ਦੀਆਂ ਧਰਾਵਾਂ ਲਾਈਆਂ ਉਹਨਾਂ ਨੂੰ ਰੱਦ ਕਰਕੇ ਤੇ ਸਾਡੇ ਬੇਕਸੂਰ ਸਿੱਖਾਂ ਨੂੰ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਹੋਇਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਕਿਉਂ ਉਹਨਾਂ ਦੇ ਨਾਲ ਵਿਤਕਰਾ ਕੀਤਾ, ਕਿਉਂ ਉਹਨਾਂ ਦੇ ਉੱਤੇ ਸਖਤੀ ਕੀਤੀ ਹੈ, ਇਹ ਬਾਦਲਾਂ ਤੇ ਕੈਪਟਨ ਦੀ ਮਿਲੀ ਭੁਗਤ ਹੈ। ਕਿਉਂਕਿ ਉਹ ਪਹਿਲੋ ਦਿਨ ਤੋਂ ਹੀ ਬੱਸਾਂ ਭਰ ਕੇ ਸੰਗਤਾਂ ਦੇ ਜਥੇ ਲੈ ਕੇ ਇਨਸਾਫ ਮੋਰਚੇ ਵਿੱਚ ਭਾਈ ਬਚਿੱਤਰ ਸਿੰਘ, ਬਲਵਿੰਦਰ ਸਿੰਘ ਘਰਾਚੋ, ਭਾਈ ਅਮਰਜੀਤ ਸਿੰਘ ਦਮਦਮੀ ਟਕਸਾਲ, ਕਣਕਵਾਲ ਭੰਗੂਆ, ਉਹ ਵੱਡੇ ਵੱਡੇ ਜਥੇ ਕਾਫਲੇ ਲੈ ਕੇ ਇੱਥੇ ਆਉਂਦੇ ਸਨ ਬਰਗਾੜੀ ਦੀ ਦਾਣਾ ਮੰਡੀ 'ਚ ਸਿੱਖ ਸੰਗਤਾਂ ਦੀਆਂ ਬੱਸਾਂ ਭਰ ਕੇ। ਤਾਂ ਕਰਕੇ ਉਹਨਾਂ ਦੇ ਨਾਲ ਬੇਇਨਸਾਫੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪਰ ਸਿੱਖ ਸੰਗਤਾਂ ਇਸ ਨੂੰ ਕਦੇ ਵੀ ਸਿੱਖ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਸੰਗਰੂਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਰੰਤ ਧਿਆਨ ਦੇਵੇ ਇਸ ਪਾਸੇ, ਨਹੀਂ ਤੇ ਸੰਗਤਾਂ ਦਾ ਵਿਰੋਧ ਝੱਲਣਾ ਜਿਹੜਾ ਉਹ ਮੁਸ਼ਕਲ ਹੋ ਜਾਵੇਗਾ। ਇਸ ਦੇ ਨਾਲ ਹੀ ਪਿਛਲੇ ਦਿਨੀ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਟ੍ਰੇਨ ਹਾਦਸੇ ਤੇ ਦਾਦੂਵਾਲ ਨੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੀ ਅੰਤਿਮ ਸ਼ਾਂਤੀ ਤੇ ਜ਼ਖਮੀਆਂ ਦੇ ਠੀਕ ਹੋਣ ਦੀ ਅਰਦਾਸ ਕੀਤੀ ਹੈ। ਗੁਰੂ ਪਿਆਰਿਓ, ਆਪ ਸਭ ਨੂੰ ਪਤਾ ਕਿ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੜੀ ਮੰਦਭਾਗੀ ਘਟਨਾ ਵਾਪਰੀ, ਜੋ ਰੇਲ ਦੁਰਘਟਨਾ ਦੇ ਅੰਦਰ ਬਹੁਤ ਸਾਰੇ ਮਾਈ ਭਾਈ ਗੁਰਮੁਖ ਪਿਆਰਿਓ ਜਾਨਾਂ ਤਿਆਗ ਗਏ, ਉਹਨਾਂ ਨੂੰ ਗੁਰਮੁਖ ਪਿਆਰਿਓ ਰੇਲ ਦੁਰਘਟਨਾ ਦਾ ਸ਼ਿਕਾਰ ਹੋ ਗਏ। ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਔਰ ਜ਼ਖਮੀਆਂ ਦੀ ਤੰਦਰੁਸਤੀ ਦੇ ਵਾਸਤੇ
क्योंकि सरबत दे भले दी गल गुरु करदा गुरु दी बाणी करदी है सरबत दे भले लई इंसाफ दा मोर्चा लगे है ते उन्हां जख्मी सिंघां दी तंदुरुस्ती वास्ते जिहड़े जख्मी होए माई भाई बच्चे बजुर्ग नौजवान उन्हां दी तंदुरुस्ती ते जिहड़े चढ़ाई करके उन्हां दी आत्मक शांति वास्ते धन गुरु ग्रंथ साहिब दे चरणां च इत्थे अरदास बेनती कीती गई इस मोर्चे विच गुरु प्यारिओ सतगुर दे चरणा च अरदास है सच्चे पातशाह कृपा करे विछड़िया रूहां नूं चरणा च निवास बख्शे परिवारां नूं भाणा मन्नण दा बल बख्शे और सरकारां नूं समत बख्शे कि इहो जे समयां ते सहयोग प्रबंध करन तां कि इदां दीआं दुर्घटनावां ना वापरन ना कोई गुरु ग्रंथ साहिब दा सरूप चोरी करे ना कोई सातमई बैठे सिखां ते गोलियां चलावे ते ना कोई इस तरां दे मेलियां जोड़ मेलियां ਇਦਾਂ ਦੀਆਂ ਘਟਨਾਵਾਂ ਵਾਪਰਨ ਇਹਦੇ ਵਾਸਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਰਸ਼ ਪ੍ਰਸ਼ਾਸਨ ਆਪਣੀਆਂ ਸੇਵਾਵਾਂ ਨਿਭਾਵੇ ਗੁਰੂ ਪਿਆਰਿਓ ਦੇਖੋ ਬਹੁਤ ਮੰਦ ਘਟਨਾ ਵਾਪਰੀ ਕਈਆਂ ਨੇ ਰਾਜਨੀਤੀ ਕਰਨ ਦੀ ਸੋਚੀ ਉਹਨਾਂ ਘਟਨਾਵਾਂ ਤੇ ਪਰ ਸਾਡੇ ਗੁਰੂ ਕੇ ਸਿੱਖ ਖਾਲਸਾ ਏਡ ਤੇ ਹੋਰ ਸੰਗਤਾਂ ਨੇ ਮੌਕੇ ਤੇ ਜਾ ਕੇ ਜ਼ਖਮੀਆਂ ਨੂੰ ਸੰਭਾਲਣਾ ਔਰ ਚੜ੍ਹਾਈ ਕਰ ਗਈਆਂ ਲੋਥਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਇਹ ਗੁਰੂ ਦਾ ਉਪਦੇਸ਼ ਹੈ ਸਭੇ ਸਾਂਝੀ ਵਾਲ ਸਦਾਇਨ ਉੱਥੇ ਜਾ ਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਉਹ ਲੱਗ ਗਏ ਗੁਰਮੁਖ ਪਿਆਰਿਓ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਿਹੜੇ ਵੱਖ ਵੱਖ ਧਰਮਾਂ ਭਾਈਚਾਰਿਆਂ ਤੋਂ ਜਿਨ੍ਹਾਂ ਨੇ ਉੱਥੇ ਜ਼ਖਮੀਆਂ ਦੀ ਸੇਵਾ ਸੰਭਾਲ ਕੀਤੀ ਔਰ ਜਿਨ੍ਹਾਂ ਨੇ ਉੱਥੇ ਚੜ੍ਹਾਈ ਕਰਕੇ ਜਿਹੜੇ ਸਨ ਉਹਨਾਂ ਦੀਆਂ ਸਰੀਰਾਂ ਦੀ ਸੰਭਾਲ ਕੀਤੀ ਅਸੀਂ ਉਹਨਾਂ ਸਭ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਤੁਹਾਨੂੰ ਦੱਸ ਦਈਏ ਕਿ ਬਰਗਾੜੀ ਇਨਸਾਫ਼ ਮੋਰਚੇ ਨੂੰ 142 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਸਰਕਾਰ ਵੱਲੋਂ 5 ਦੇ ਦੋਖੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਆਪਣੇ ਫੈਸਲੇ ਤੇ ਇਸੇ ਤਰ੍ਹਾਂ ਡਟ ਕੇ ਸਰਕਾਰ ਨਾਲ ਟੱਕਰ ਲੈਣਗੇ ਫਿਲਹਾਲ ਹੁਣ ਉਹਨਾਂ ਵੱਲੋਂ ਸੰਗਰੂਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਵੱਡਾ ਪ੍ਰੋਗਰਾਮ ਉਲੀਕਣ ਦੀ ਚੇਤਾਵਨੀ ਦਿੱਤੀ ਹੈ ਬਿਊਰੋ ਰਿਪੋਰਟ ਚੈਨਲ ਪੰਜਾਬ